ਕਰਨਾ ਹੋਇਆ ਕੰਡਲ ਕੇ ਬਲਗਾ ਅਗਲਾ ਕੀ ਪੜਨਾ ਹੋਇਆ ਕਰਨਾ ਹੋਇਆ ਬਲੰਡਰ ਹੈਗਾ ਯਾਰ ਇਹਦੇ ਪਾਸੇ ਕਰੋ ਇਹਨੂੰ ਯਾਰ ਚੱਲਣ 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 ਉਹ ਬਾਈਕ ਪਾਸੇ ਕਰ ਬਾਈ ਯਾਰ ਇੱਕ ਮਿੰਟ ਯਾਰ ਇੱਕ ਢਾਬੇ ਦੇ ਵਿੱਚ ਅਚਾਨਕ ਹੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਢਾਬੇ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜੋ ਢਾਬੇ ਦਾ ਮਾਲਕ ਸੀ ਜਦੋਂ ਉਹ ਕਿਸੇ ਕੰਮ ਦੇ ਲਈ ਬਾਹਰ ਗਿਆ ਤਾਂ ਅਚਾਨਕ ਹੀ ਪਿੱਛੇ ਢਾਬੇ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੇ ਵਿੱਚ ਕਈ ਸਿਲੰਡਰ ਵੀ ਪਏ ਸੀ ਪਰ ਆਲੇ ਦੁਆਲੇ ਦੇ ਜਦੋਂ ਲੋਕਾਂ ਨੇ ਇਸ ਦੇ ਵਿੱਚ ਅੱਗ ਲੱਗੀ ਦੇਖਿਆ ਤਾਂ ਤੁਰੰਤ ਮੌਕੇ ਦੇ ਉੱਤੇ ਹੀ ਜੋ ਸਿਲੰਡਰ ਪਏ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜੋ ਢਾਬਾ ਉਹ ਬਿਲਕੁਲ ਹੀ ਪੂਰੇ ਤਰੀਕੇ ਦੇ ਨਾਲ ਸੜ ਕੇ ਸਵਾਹ ਹੋਇਆ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਢਾਬੇ ਦੇ ਵਿੱਚ ਅੱਗ ਲੱਗੀ ਹੈ। ਹਾਲਾਂਕਿ ਜੋ ਢਾਬੇ ਦਾ ਮਾਲਕ ਸੀ ਉਹ ਇਸੀ ਢਾਬੇ ਦੇ ਅੰਦਰ ਰਹਿੰਦਾ ਸੀ ਅਤੇ ਇਸੀ ਢਾਬੇ ਦੇ ਰਾਹੀਂ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਹੁਣ ਇੱਕ ਵੱਡਾ ਇਹ ਹਾਦਸਾ ਵਾਪਰ ਗਿਆ ਜਿਸ ਦੇ ਨਾਲ ਢਾਬਾ ਮਾਲਕ ਦਾ ਵੀ ਵੱਡਾ ਨੁਕਸਾਨ ਹੋਇਆ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਵੇਗੀ। ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਮੌਕੇ 'ਤੇ ਹੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਆ ਕੇ ਮੌਕੇ ਦੇ ਉੱਤੇ ਅੱਗ 'ਤੇ ਕਾਬੂ ਪਾਇਆ। ਤਾਂ ਇਹ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਢਾਬੇ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ। ਮੈਂ ਗੁਰਪਿੰਦਰ ਸਿੰਘ, ਫਾਇਰਮੈਨ, ਸਾਨੂੰ ਕਾਲ ਮਿਲੀ ਸੀ ਸਟੇਸ਼ਨ 'ਤੇ ਕਿ ਫਾਜ਼ਿਲਕਾ ਚੁੰਗੀ 'ਤੇ ਇੱਕ ਅੱਗ ਲੱਗ ਚੁੱਕੀ ਹੈ ਅਤੇ ਅਸੀਂ ਇੱਥੇ ਪਹੁੰਚੇ ਮੌਕੇ 'ਤੇ ਇੱਕ ਢਾਬਾ ਸੀ ਛੋਟਾ ਜਿਹਾ ਅਤੇ ਉਸਨੂੰ ਅੱਗ ਲੱਗ ਚੁੱਕੀ ਸੀ। ਸਾਰੇ ਦਾ ਸਾਰਾ ਜਲ ਕੇ ਸਵਾਹ ਹੋ ਗਿਆ ਜੀ। ਸਿਲੰਡਰ ਮੌਕੇ 'ਤੇ ਕੱਢ ਲਿਆ ਗਿਆ, ਕੋਈ ਨੁਕਸਾਨ ਨਹੀਂ ਵੱਡਾ ਹੋਇਆ। ਇਸ ਕਰਕੇ ਜਿਹੜਾ ਉੱਥੇ ਸੀਗਾ ਤੰਦੂਰ ਵਗੈਰਾ ਲੱਗਾ ਸੀ ਉੱਥੇ ਝੌਂਪੜੀ ਬਣੀ ਸੀਗੀ, ਉਹ ਸਾਰੀ ਜਲ ਕੇ ਸਵਾਹ ਹੋ ਗਈ। ਉਹ ਇਸ ਟਾਈਮ ਹੈ ਨਹੀਂ ਗਾ, ਉਹ ਕਿਤੇ ਗਿਆ ਹੋਇਆ ਜੀ। ਅਸੀਂ ਪੁੱਛਿਆ ਗਿਆ, ਕੋਈ ਨਹੀਂ ਹੈਗਾ ਮਾਲਕ ਇੱਥੇ ਨਹੀਂ ਹੈਗਾ, ਇਸ ਕਰਕੇ ਅੱਗ 'ਤੇ ਕਾਬੂ ਪਾ ਲਿਆ ਗਿਆ। ਨਹੀਂ ਪਤਾ ਲੱਗਿਆ ਜੀ ਇਹ ਹਜੇ ਤੱਕ, ਪਰ ਜਦੋਂ ਅਸੀਂ ਆਏ ਸੀ ਉਦੋਂ ਬਹੁਤ ਜ਼ਿਆਦਾ ਅੱਗ ਸੀ ਭਿਆਨਕ। ਸੁਦੇਸ਼ ਕੁਮਾਰ, ਇੱਥੇ ਢਾਬੇ ਦਾ ਕੁਛ ਨਹੀਂ ਬਾਈ, ਅਸੀਂ ਤਾਂ ਕਲੀਨਿਕ ਬੈਠੀ, ਸਾਡੀ ਕਲੀਨਿਕ ਹੈਗੀ ਇੱਥੇ ਚੁੰਗੀ 'ਤੇ, ਅਸੀਂ ਦੋਨੋਂ ਜਣੇ ਭੱਜ ਕੇ ਆਏ ਹਾਂ ਅਤੇ ਮੁੰਡੇ ਨੇ ਸਾਨੂੰ ਬੁਲਾਇਆ, ਮੁੰਡਾ ਪਿੱਛੇ ਮੁੰਡਾ ਖੜਾ ਇਹ ਮੇਰੀ ਦੁਕਾਨ 'ਤੇ ਲੱਗਿਆ ਨੇ, ਬੁਲਾਇਆ ਕਹਿੰਦਾ ਬਾਈ ਜੀ ਅੱਗ ਲੱਗ ਗਈ। ਅਸੀਂ ਅੱਗੇ ਆ ਕੇ ਅਤੇ ਸਾਰਾ ਸਿਲੰਡਰ ਸਲੁੰਡਰ ਬਾਹਰ ਕੱਢਿਆ, ਬਾਹਰ ਕੱਢਣ ਤੋਂ ਬਾਅਦ ਨਾਲ ਦੀ ਨਾਲ ਸਾਰੀ ਅੱਗ ਮੱਚ ਗਈ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਸੀ। ਰੋਟ ਦੀ ਰਾਟੀ ਬਣਾਉਂਦਾ ਵਿੱਚ ਚਾਹ ਚੂ ਢਾਬੇ ਦਾ ਹੈਗਾ, ਬਸ ਮਲੋਟ ਕੇ ਆਇਆ ਮੌਕੇ 'ਤੇ। ਪਿੱਛੇ ਉਹ ਮਾੜੀ ਮੋਟੀ ਅੱਗ ਲੱਗੀ ਸੀ, ਮਾੜੀ ਮਾੜੀ ਲੱਗਦੀ ਹੈਗਾ, ਵੱਧ ਗਈ ਪਤਾ ਹੀ ਨਹੀਂ ਲੱਗਿਆ। ਅਸੀਂ ਅੱਜ ਹੀ ਬਾਹਰ ਗਿਆ, ਸਿਲੰਡਰ ਪਿਆ ਸੀ, ਕੱਢ ਲਿਆ ਸਾਡੇ ਬੰਦੇ ਨੇ ਕੱਢਿਆ ਨੂੰ। ਉਹ ਕਰਨਾ ਹੋਇਆ ਕੰਡਲ ਕੇ ਬਲਗਾ ਅਗਲਾ ਕੀ ਪੜਨਾ ਹੋਇਆ ਕਰਨਾ ਹੋਇਆ ਇੱਕ ਢਾਬੇ ਦੇ ਵਿੱਚ ਅਚਾਨਕ ਹੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਢਾਬੇ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜੋ ਢਾਬੇ ਦਾ ਮਾਲਕ ਸੀ ਜਦੋਂ ਉਹ ਕਿਸੇ ਕੰਮ ਦੇ ਲਈ ਬਾਹਰ ਗਿਆ ਤਾਂ ਅਚਾਨਕ ਹੀ ਪਿੱਛੇ ਢਾਬੇ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੇ ਵਿੱਚ ਕਈ ਸਿਲੰਡਰ ਵੀ ਪਏ ਸੀ ਪਰ ਆਲੇ ਦੁਆਲੇ ਦੇ ਜਦੋਂ ਲੋਕਾਂ ਨੇ ਇਸ ਦੇ ਵਿੱਚ ਅੱਗ ਲੱਗੀ ਦੇਖਿਆ ਤਾਂ ਤੁਰੰਤ ਮੌਕੇ ਦੇ ਉੱਤੇ ਹੀ ਜੋ ਸਿਲੰਡਰ ਪਏ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜੋ ਢਾਬਾ ਉਹ ਬਿਲਕੁਲ ਹੀ ਪੂਰੇ ਤਰੀਕੇ ਦੇ ਨਾਲ ਸੜ ਕੇ ਸਵਾਹ ਹੋਇਆ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ
ਜਿੱਥੇ ਕਿ ਇੱਕ ਢਾਬੇ ਦੇ ਵਿੱਚ ਅੱਗ ਲੱਗੀ ਹੈ। ਹਾਲਾਂਕਿ ਜੋ ਢਾਬੇ ਦਾ ਮਾਲਕ ਸੀ ਉਹ ਇਸੀ ਢਾਬੇ ਦੇ ਅੰਦਰ ਰਹਿੰਦਾ ਸੀ ਅਤੇ ਇਸੀ ਢਾਬੇ ਦੇ ਰਾਹੀਂ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਹੁਣ ਇੱਕ ਵੱਡਾ ਇਹ ਹਾਦਸਾ ਵਾਪਰ ਗਿਆ ਜਿਸ ਦੇ ਨਾਲ ਢਾਬਾ ਮਾਲਕ ਦਾ ਵੀ ਵੱਡਾ ਨੁਕਸਾਨ ਹੋਇਆ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਵੇਗੀ। ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਮੌਕੇ 'ਤੇ ਹੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਆ ਕੇ ਮੌਕੇ ਦੇ ਉੱਤੇ ਅੱਗ 'ਤੇ ਕਾਬੂ ਪਾਇਆ। ਤਾਂ ਇਹ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਢਾਬੇ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ। ਮੈਂ ਗੁਰਪਿੰਦਰ ਸਿੰਘ, ਫਾਇਰਮੈਨ, ਸਾਨੂੰ ਕਾਲ ਮਿਲੀ ਸੀ ਸਟੇਸ਼ਨ 'ਤੇ ਕਿ ਫਾਜ਼ਿਲਕਾ ਚੁੰਗੀ 'ਤੇ ਇੱਕ ਅੱਗ ਲੱਗ ਚੁੱਕੀ ਹੈ ਅਤੇ ਅਸੀਂ ਇੱਥੇ ਪਹੁੰਚੇ ਮੌਕੇ 'ਤੇ ਇੱਕ ਢਾਬਾ ਸੀ ਛੋਟਾ ਜਿਹਾ ਅਤੇ ਉਸਨੂੰ ਅੱਗ ਲੱਗ ਚੁੱਕੀ ਸੀ। ਸਾਰੇ ਦਾ ਸਾਰਾ ਜਲ ਕੇ ਸਵਾਹ ਹੋ ਗਿਆ ਜੀ। ਸਿਲੰਡਰ ਮੌਕੇ 'ਤੇ ਕੱਢ ਲਿਆ ਗਿਆ, ਕੋਈ ਨੁਕਸਾਨ ਨਹੀਂ ਵੱਡਾ ਹੋਇਆ। ਇਸ ਕਰਕੇ ਜਿਹੜਾ ਉੱਥੇ ਸੀਗਾ ਤੰਦੂਰ ਵਗੈਰਾ ਲੱਗਾ ਸੀ ਉੱਥੇ ਝੌਂਪੜੀ ਬਣੀ ਸੀਗੀ, ਉਹ ਸਾਰੀ ਜਲ ਕੇ ਸਵਾਹ ਹੋ ਗਈ। ਉਹ ਇਸ ਟਾਈਮ ਹੈ ਨਹੀਂ ਗਾ, ਉਹ ਕਿਤੇ ਗਿਆ ਹੋਇਆ ਜੀ। ਅਸੀਂ ਪੁੱਛਿਆ ਗਿਆ, ਕੋਈ ਨਹੀਂ ਹੈਗਾ, ਮਾਲਕ ਇੱਥੇ ਨਹੀਂ ਹੈਗਾ, ਇਸ ਕਰਕੇ ਅੱਗ 'ਤੇ ਕਾਬੂ ਪਾ ਲਿਆ ਗਿਆ। ਨਹੀਂ ਪਤਾ ਲੱਗਿਆ ਜੀ ਇਹ ਹਜੇ ਤੱਕ, ਪਰ ਜਦੋਂ ਅਸੀਂ ਆਏ ਸੀ ਉਦੋਂ ਬਹੁਤ ਜ਼ਿਆਦਾ ਅੱਗ ਸੀ ਭਿਆਨਕ। ਸੁਦੇਸ਼ ਕੁਮਾਰ, ਇੱਥੇ ਢਾਬੇ ਦਾ ਕੁਛ ਨਹੀਂ ਬਾਈ, ਅਸੀਂ ਤਾਂ ਕਲੀਨਿਕ ਬੈਠੀ, ਸਾਡੀ ਕਲੀਨਿਕ ਹੈਗੀ ਇੱਥੇ ਚੁੰਗੇ 'ਤੇ, ਅਸੀਂ ਦੋਨੋਂ ਜਣੇ ਭੱਜ ਕੇ ਆਏ ਹਾਂ ਅਤੇ ਮੁੰਡੇ ਨੇ ਸਾਨੂੰ ਬੁਲਾਇਆ, ਮੁੰਡਾ ਪਿੱਛੇ ਮੁੰਡਾ ਖੜਾ, ਇਹ ਮੇਰੀ ਦੁਕਾਨ 'ਤੇ ਲੱਗਿਆ ਨੇ, ਬੁਲਾਇਆ ਕਹਿੰਦਾ ਬਾਈ ਜੀ ਅੱਗ ਲੱਗ ਗਈ। ਅਸੀਂ ਅੱਗੇ ਆ ਕੇ ਅਤੇ ਸਾਰਾ ਸਿਲੰਡਰ ਬਾਹਰ ਕੱਢਿਆ, ਬਾਹਰ ਕੱਢਣ ਤੋਂ ਬਾਅਦ ਨਾਲ ਦੀ ਨਾਲ ਸਾਰੀ ਅੱਗ ਮੱਚ ਗਈ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਸੀ। ਰੋਟ ਦੀ ਰਾਟੀ ਬਣਾਉਂਦਾ ਹੈ, ਚਾਚੂ ਢਾਬੇ ਦਾ ਹੈਗਾ, ਬਸ ਮਲੋਟ ਗਿਆ ਹੋਇਆ ਮੌਕੇ 'ਤੇ। ਪਿੱਛੇ ਉਹ ਮਾੜੀ ਮੋਟੀ ਅੱਗ ਲੱਗੀ ਸੀ, ਮਾੜੀ ਮਾੜੀ ਲੱਗਦੀ ਲੱਗਦੀ ਹੈਗਾ, ਵੱਧ ਗਈ, ਪਤਾ ਹੀ ਨਹੀਂ ਲੱਗਿਆ। ਅਸੀਂ ਅੱਜ ਹੀ ਬਾਹਰ ਗਿਆ, ਸਿਲੰਡਰ ਪਿਆ ਹੀ ਕੱਢ ਲਿਆ ਸਾਡੇ ਬੰਦੇ ਨੇ ਕੱਢਿਆ।